नमस्कार दोस्तों मैं आपका थोड़ा दोस्त मनु मोड़ते इस वीडियो ਵਿੱਚ ਆਪਾਂ ਕੰਪਿਊਟਰ ਦੇ ਟਾਪ 100 एमसीक्यू ਕਵਰ ਕਰਾਂਗੇ ਵੈਸੇ ਇਸ ਵੀਡੀਓ ਵਿੱਚ 50 ਤੇ ਨੈਕਸਟ ਪਾਰਟ ਵਿੱਚ ਵੀ ਤੁਹਾਨੂੰ 50 ਹੋਰ एमसीक्यू ਜਾਂ 1 ਐਂਡ ਕੁਐਸਚਨ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦੇਗਾ ਓਕੇ ਕਾਫੀ ਇੰਪੋਰਟੈਂਟ ਨੇ ਐਗਜ਼ਾਮ ਵਿੱਚ ਡਾਇਰੈਕਟਲੀ ਕੁਐਸਚਨ ਇਸ ਤਰ੍ਹਾਂ ਦੇ ਪੁੱਛੇ ਜਾਂਦੇ ਨੇ ਤੇ ਇੱਕ ਗੱਲ ਹੋਰ ਇਸ ਵਿੱਚ ਮੈਂ ਥੋੜਾ ਲੈਵਲ ਕੁਐਸਚਨ ਦਾ ਲੈਵਲ ਥੋੜਾ ਹਾਈ ਰੱਖਿਆ ਹੈ ਕਿਉਂਕਿ ਐਗਜ਼ਾਮੀਨਰ ਦਾ ਪਤਾ ਨਹੀਂ ਕਿਸ ਟਾਈਪ ਦੇ ਕੁਐਸਚਨ ਪੁੱਟ ਕਰ ਦੇ ਦੇਖੋ ਇਜ਼ੀ ਕੁਐਸਚਨ ਸੀ ਜਿਹੜੇ ਦੇ ਨੋਰਮਲ ਕੁਐਸ਼ਨ ਹੁੰਦੇ ਆ ਆਲਰੇਡੀ ਮੈਂ ਤੁਹਾਨੂੰ ਥਿਉਰੀ ਵਿੱਚ ਵੀ ਪ੍ਰੋਵਾਈਡ ਕਰਵਾ ਦਿੱਤੇ ਨੇ ਐਂਡ ਐਮਸੀਕਿਊ ਯਾਨੀ ਵਨ ਲਾਈਨਰ ਕੁਐਸ਼ਨ ਦੇ ਵੀ ਕਲਾਸਿਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਹੈ ਇਸ ਵਿੱਚ ਥੋੜਾ ਜਿਹਾ ਟਫ ਹੈ ਤਾਂ ਕਰ ਕਿਸ ਨੂੰ ਧਿਆਨ ਨਾਲ ਦੇਖ ਲੋ ਰਾਈਟ ਡਾਊਨ ਕਰ ਲੋ ਐਂਡ ਜੇ ਵੀਡੀਓ ਬੈਨੀਫੀਸ਼ੀਅਲ ਲੱਗੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਓ ਠੀਕ ਹੈ ਹੁਣ ਆਪਾਂ ਜਿਆਦਾ ਟਾਈਮ ਵੇਸਟ ਨਹੀਂ ਕਰਦੇ ਬਿਕੋਜ਼ ਆਪਾਂ ਆਲਰੇਡੀ ਕਰ ਦਿੱਤਾ ਹੈ ਫਾਲਤੂ ਦੀਆਂ ਗੱਲ ਕਰ ਕਰਕੇ ਹੁਣ ਆਪਾਂ ਕਰ ਲਈਏ ਕੁਐਸ਼ਨ ਨੰਬਰ 1 ਸਟਾਰਟ ਕੁਐਸ਼ਨ ਨੰਬਰ 1 ਇਹਨਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸੰਬੰਧਿਤ ਕਿਹੜੀ ਜਨਰੇਸ਼ਨ ਦੇ ਕੰਪਿਊਟਰ ਹੈ ਜਿਹੜੇ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸੰਬੰਧਿਤ ਹੈ ਤਾਂ 5th ਜਨਰੇਸ਼ਨ ਦੇ ਕੰਪਿਊਟਰ ਹੈ ਜਿਨ੍ਹਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਇਨਕਲੂਡ ਕੀਤਾ ਗਿਆ ਸੀ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 2 ਦੀ ਗੱਲ ਕਰੀਏ W3C ਦਾ ਪੂਰਾ ਰੂਪ ਕੀ ਹੈ वर्ल्ड वाइड वेब ਕੌਨਸੋਰਟੀਅਮ ਇਸ ਦੀ ਫੁੱਲ ਫਾਰਮ ਹੈ ਓਕੇ ਇਸ ਤੋਂ ਇਲਾਵਾ ਕੁਐਸਚਨ ਨੰਬਰ 3 ਦੀ ਗੱਲ ਕਰੀਏ IEEE 802.3 ਵਿਸ਼ੇਸ਼ਤਾ ਵਿਚ ਅੱਗੇ ਦਿੱਤੇਆਂ ਵਿੱਚੋਂ ਕਿਸ ਦਾ ਮਿਆਰੀ ਬਣਾਇਆ ਗਿਆ ਮਤਲਬ ਕਿ IEEE 802.3 ਫ੍ਰੀਕੁਐਂਸੀ ਸਟੈਂਡਰਡ ਨੰਬਰ ਹੁੰਦਾ ਹੈ ਇਹ ਦੋਸਤੋ ਇਹ ਕਿਸ ਦਾ ਹੈ ਯਾਦ ਰੱਖਿਓ 802.3 ਐਗਜ਼ਾਮ ਵਿੱਚ ਬਹੁਤ ਵਾਰ ਰਿਪੀਟ ਹੁੰਦਾ ਤਾਂ ਇਥਰ ਨੈਟ ਦਾ ਇਹ ਸਟੈਂਡਰਡ ਫ੍ਰੀਕੁਐਂਸੀ ਨੰਬਰ ਹੈ ਓਕੇ ਕੁਐਸਚਨ ਨੰਬਰ 4 ਦੀ ਗੱਲ ਕਰੀਏ ਸੀ ਮੈਂਟੈਕ ਹੇਟ ਲਿਖਾਂ ਵਿੱਚੋਂ ਪ੍ਰਸਿੱਧ ਐਂਟੀਵਾਇਰਸ ਸੌਫਟਵੇਅਰ ਵਿੱਚੋਂ ਕਿਸ ਦਾ ਨਿਰਮਤਾ ਹੈ ਇਹ ਕੰਪਨੀ ਦਾ ਨਾਮ ਹੈ ਠੀਕ ਹੈ ਇਹ ਐਂਟੀਵਾਇਰਸ ਬਣਾਉਂਦੀ ਹੈ ਤਾਂ ਇਸ ਨੇ ਕਿਹੜਾ ਐਂਟੀਵਾਇਰਸ ਬਣਾਇਆ ਸੀ ਨੋਟਨ ਨਾਮਕ ਇੱਕ ਐਂਟੀਵਾਇਰਸ ਦੀ ਮਤਲਬ ਕਿ ਇਨਵੈਂਟ ਕੀਤਾ ਸੀ ਯਾਨੀ ਡਿਸਕਵਰ ਕੀਤਾ ਸੀ ਤਾਂ ਇਹ ਕਈ ਵਾਰ ਇਗਜ਼ਾਮ ਵਿੱਚ ਆਜੇਗਾ ਸਿਮੈਂਟੈਕ ਕੰਪਨੀ ਦੁਆਰਾ ਬਣਾਇਆ ਗਿਆ ਸੀ ਨੋਟਨ ਐਂਟੀਵਾਇਰਸ ਐਂਟੀਵਾਇਰਸ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 5 ਦੀ ਗੱਲ ਕਰੀਏ ਮੈਗਨੀਟੋਸ ਇੱਕ ኦਪਰੇਟਰ ਸਿਸਟਮ ਕਿਸ ਦਾ ਉਤਪਾਦ ਹੈ ਮਤਲਬ ਕਿ ਮੈਗਨੀਟੋਸ ਹੈ অপারেটিং ਸਿਸਟਮ ਹੈ ਇਹ ਕਿਹੜੀ ਕੰਪਨੀ ਦਾ ਹੈ ਐਪਲ ਦਾ ਤੁਸੀਂ ਦੇਖਿਆ ਹੋਵੇਗਾ ਮੈਕ ਮੈਕ ਦੇ ਮੈਕ ਦੇ ਜਿਹੜੇ ਲੈਪਟਾਪਸ ਨੇ ਐਪਲ ਦੇ ਉਹਦੇ ਤੇ ਉਹ ਉਸ ਦਾ ਮੈਕ ਦਾ ਪੂਰਾ ਨਾਮ ਕੀ ਹੈ ਮੈਗਨੇਟੋਲਸ ਓਕੇ ਇਹ ਚੀਜ਼ ਵੀ ਯਾਦ ਰੱਖਿਓ ਕੁਐਸਚਨ ਨੰਬਰ 6 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਹੜਾ ਯੰਤਰ ਆਉਟਪੁੱਟ ਯੂਨਿਟ ਸ਼ਾਮਿਲ ਹੁੰਦਾ ਤਾਂ ਆਉਟਪੁੱਟ ਯੂਨਿਟ ਵਿੱਚ ਸ਼ਾਮਿਲ ਹੁੰਦਾ ਜਿਹੜਾ ਹੁੰਦਾ ਵਿਜ਼ੂਅਲ ਡਿਸਪਲੇ ਯੂਨਿਟ ਹੈ ਤੇ ਦੋਸਤੋ ਅੱਗੇ ਚਲਣ ਤੋਂ ਪਹਿਲਾਂ ਇੱਕ ਗੱਲ ਹੋਰ ਜੇ ਤੁਸੀਂ ਕੰਪਿਊਟਰ ਦੇ ਰਿਗਾਰਡਿੰਗ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਬਾਏ ਕਰਨਾ ਚਾਹੁੰਦੇ ਹੋ ਸਿਰਫ 44 ਰੁਪਏ ਵਿੱਚ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਲੈ ਕੇ ਫਿਰ ਤੁਸੀਂ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਬਾਏ ਕਰ ਸਕਦੇ ਹੋ ਕਾਫੀ ਕੈਂਡੀਡੇਟਸ ਨੇ ਆਲਰੇਡੀ ਇਹ ਪੀਡੀਐਫ ਫਾਈਲ ਬਾਏ ਕਰ ਲਈ ਹੈ ਜੇ ਤੁਸੀਂ ਇਹ ਵੀ ਆਪਣੇ ਐਗਜ਼ਾਮ ਦੀ ਤਿਆਰੀ ਨੂੰ ਪਰਫੈਕਟ ਬਣਾਉਣਾ ਚਾਹੁੰਦੇ ਹੋ ਤਾਂ ਇਸ ਪੀਡੀਐਫ ਫਾਈਲ ਨੂੰ ਜ਼ਰੂਰ ਬਾਏ ਕਰ ਲਓ ਇਸ ਵਾਰ ਆਪਾਂ ਕੁਐਸਚਨ ਨੰਬਰ 7 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਹੜੀ ਕੰਪਿਊਟਰ ਦੀ ਅੰਕ ਗਣਿਤ ਸਮਰੱਥਾ ਨਹੀਂ ਹੈ ਤਾਂ ਕਾਪੀ ਪੇਸਟ ਦੇ ਆਪਸ਼ਨ ਵਿੱਚ ਅੰਕ ਗਣਿਤ ਵਿੱਚ ਯਾਨੀ ਆਪਣਾ ਅਰਥਮੈਟਿਕ ਵਿੱਚ ਕਾਪੀ ਪੇਸਟ ਦਾ ਆਪਸ਼ਨ ਨਹੀਂ ਹੁੰਦਾ ਠੀਕ ਹੈ ਕੁਐਸਚਨ ਨੰਬਰ 8 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਹੜਾ ਇੱਕ ਸਿੰਗਲ ਇੰਟੀਗ੍ਰੇਟਡ ਸਰਕਟ ਹੈ ਜਿਸ ਉੱਤੇ ਆਮ ਤੌਰ ਤੇ CPU ਦਾ ਨਿਰਮਾਣ ਕੀਤਾ ਜਾਂਦਾ ਤਾਂ ਮਾਈਕਰੋ ਪ੍ਰੋਸੈਸਰ ਇਸ ਦਾ ਰਾਈਟ ਆਨਸਰ ਹੋਵੇਗਾ ਕੁਐਸਚਨ ਨੰਬਰ 9 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਸ ਵਿੱਚ ਲੋਜਿਕ ਆਪਰੇਸ਼ਨ ਸ਼ਾਮਿਲ ਹਨ ਐਂਡ OR ਤੇ XOR ਇਹ ਤਿੰਨੇ ਹੀ ਲੋਜੀਕਲ ਆਪਰੇਸ਼ਨ ਵਿੱਚ ਸ਼ਾਮਿਲ ਹੁੰਦੇ ਨੇ ਠੀਕ ਹੈ ਕੁਐਸਚਨ ਨੰਬਰ 10 ਦੀ ਗੱਲ ਕਰੀਏ ਕਿਹੜਾ ਇਨਪੁਟ ਅਤੇ ਆਉਟਪੁਟ ਡਿਵਾਈਸ ਦੋਵਾਂ ਵੱਜੋਂ ਕੰਮ ਕਰਦਾ ਹੈ ਮਤਲਬ ਇਨਪੁਟ ਜਗ੍ਹਾ ਤੇ ਵੀ ਯੂਜ਼ ਹੁੰਦਾ ਤੇ ਆਉਟਪੁਟ ਡਿਵਾਈਸ ਦੀ ਜਗ੍ਹਾ ਤੇ ਵੀ ਯੂਜ਼ ਹੁੰਦਾ ਤਾਂ ਇਹ ਤਿੰਨੇ ਨੇ ਹਾਰਡ ਡਿਸਕ ਡਰਾਈਵਸ ਫਲੋਪੀ ਡਿਸਕ ਤੇ ਆਪਟੀਕਲ ਡਿਸਕ ਡਰਾਈਵ ਇਹ ਤਿੰਨੇ ਹੀ ਇਨਪੁਟ ਤੇ ਆਉਟਪੁਟ ਦੇ ਤੌਰ ਤੇ ਯੂਜ਼ ਕੀਤੇ ਜਾ ਸਕਦੇ ਨੇ। ਪ੍ਰਸ਼ਨ ਨੰਬਰ 11 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਹੜਾ ਆਪਰੇਟਿੰਗ ਸਿਸਟਮ ਹੈ? ਤਾਂ ਇਹ ਤਿੰਨੇ ਨੇ ਵਿੰਡੋਜ਼, ਯੂਨਿਕਸ ਤੇ ਲਿਨਕਸ ਠੀਕ ਹੈ ਇਹ ਤਿੰਨੇ ਆਪਰੇਟਿੰਗ ਸਿਸਟਮ। ਕਾਫੀ ਇੰਪੋਰਟੈਂਟ ਐ ਐਗਜ਼ਾਮ ਵਿੱਚ ਬਹੁਤ ਵਾਰ ਇਹ ਕੁਐਸਚਨ ਰਿਪੀਟ ਹੁੰਦਾ। ਪ੍ਰਸ਼ਨ ਨੰਬਰ 12 ਦੀ ਗੱਲ ਕਰੀਏ ਪਹਿਲੇ ਵਿਹਾਰਿਕ ਮੈਕੈਨੀਕਲ ਕੈਲਕੂਲੇਟਰ ਦੀ ਖੋਜ ਕਿਹੜੇ ਵਿਗਿਆਨੀ ਨਾਲ ਸੰਬੰਧਿਤ ਹੈ ਮਤਲਬ ਕਿ ਸਿੰਪਲ ਜਿਹਾ ਕੁਐਸਚਨ ਕੀ ਕਹਿਣਾ ਚਾਹੁੰਦਾ ਹੈ ਕੈਲਕੂਲੇਟਰ ਦੀ ਖੋਜ ਕਿਸ ਦੁਆਰਾ ਕੀਤੀ ਗਈ ਸੀ ਤਾਂ ਬਲੇਜ਼ ਪਾਸਕਲ ਦੁਆਰਾ ਇਹ ਕੈਲਕੂਲੇਟਰ ਇਨਵੈਂਟ ਕੀਤਾ ਗਿਆ ਸੀ ਕੁਐਸਚਨ ਨੰਬਰ 13 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਹੜਾ ਡੈਸਕਟਾਪ ਵਾਲੇ ਕੰਪਿਊਟਰ ਦੀ ਵਿਸ਼ੇਸ਼ਤਾ ਨਹੀਂ ਹੈ ਦੇਖੋ ਡੈਸਕਟਾਪ ਤੇ ਜਿਹੜੇ ਕੰਪਿਊਟਰ ਹੁੰਦੇ ਨੇ ਹਨਾ ਉਹਨਾਂ ਵਿੱਚ ਕੀ ਵਿਸ਼ੇਸ਼ਤਾ ਨਹੀਂ ਹੁੰਦੀ ਉਹ ਸਥਿਰ ਰਹਿੰਦੇ ਨੇ मतलब ये एक तरह से दूसरी था उनों को लेके नहीं जा जा सकता ये विशेषता नहीं है इसकी ठीक है डिसएडवांटेज है क्वेश्चन नंबर 14 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਹੜਾ ਯੰਤਰ ਗ੍ਰਾਫਿਕ ਡਾਕੂਮੈਂਟ ਦਸਤਾਈ ਮਨੁੱਖੀ ਪੜਨ ਯੋਗ ਟੈਕਸਟ ਤਿਆਰ ਕਰਦਾ ਹੈ ਠੀਕ ਹੈ ਪ੍ਰਿੰਟਰ ਹੈ ਠੀਕ ਹੈ ਜਿਹੜਾ ਵੀ ਆਪਣਾ ਗ੍ਰਾਫਿਕ ਡਾਕੂਮੈਂਟ ਨੂੰ ਆਹ ਫਿਜ਼ੀਕਲ ਯਾਨੀ ਫਿਜ਼ੀਕਲ ਡਾਕੂਮੈਂਟ ਵਿੱਚ ਕਨਵਰਟ ਕਰਕੇ ਪ੍ਰਿੰਟ ਦੇ ਦਿੰਦਾ ਓਕੇ ਕਵੈਸਚਨ ਨੰਬਰ 15 ਦੀ ਗੱਲ ਕਰੀਏ ਵਾਟ ਇਜ਼ ਦ ਫੁੱਲ ਫਾਰਮ ਆਫ CPU ਇਸ ਈਜ਼ ਕੁਐਸਚਨ ਹੈ ਕਾਫੀ ਬੱਚਿਆਂ ਨੂੰ ਪਤਾ ਹੋਵੇਗਾ ਸੈਂਟਰਲ ਪ੍ਰੋਸੈਸਿੰਗ ਯੂਨਿਟ ਸਿਉਰੀ ਵਿੱਚ ਵੀ ਮੈਂ ਇਸ ਦੇ ਰਿਗਾਰਡਿੰਗ ਕਾਫੀ ਚੰਗੇ ਕਲਾਸ ਦਿੱਤੇ ਸੀ ਜਾ ਕੇ ਵਿਜ਼ਿਟ ਜ਼ਰੂਰ ਕਰ ਲਿਓ ਜੇ ਨਹੀਂ ਦੇਖੀ ਤਾਂ YouTube ਤੇ ਸਰਚ ਕਰੋ ਮਨੂ ਮੋਡ ਕੰਪਿਊਟਰ ਕਲਾਸਸ ਫੋਰ ਫੋਰੈਸਟ ਗਾਰਡ ਓਕੇ ਕਵੈਸਚਨ ਨੰਬਰ 16 ਦੀ ਗੱਲ ਕਰੀਏ ਜੇ ਤੁਹਾਡਾ ਕੰਪਿਊਟਰ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ ਤਾਂ ਇਸ ਬਾਰੇ ਤੁਸੀਂ ਇਹਨਾਂ ਵਿੱਚੋਂ ਕਿਹੜੀਆਂ ਚੀਜ਼ਾਂ ਕਰ ਸਕਦੇ ਹੋ ਉਚਿਤ ਹਵਾਦਾਰੀ ਨੂੰ ਯਕੀਨੀ ਬਣਾਓ ਕੰਪਿਊਟਰ ਦੇ ਕੇਸ ਨੂੰ ਸਾਫ ਕਰੋ ਇਸ ਤੋਂ ਇਲਾਵਾ ਤਾਪ ਵਾਲੇ ਸ਼ਿੰਘਾ ਨੋਟ ਕਿਉਂ ਅਪ ਕਰੋ ਇਹ ਤਿੰਨੇ ਹੀ ਰਾਈਟ ਆਨਸਰ ਆ ਓਕੇ ਤੇ ਇੱਕ ਗੱਲ ਹੋਰ ਦੋਸਤੋ ਇਸ ਦਾ ਜੇ ਤੁਸੀਂ ਨੈਕਸਟ ਪਾਰਟ ਚਾਹੁੰਦੇ ਹੋ ਤਾਂ ਪਲੀਜ਼ ਵੀਡੀਓ ਵਿੱਚ ਕਮੈਂਟ ਕਰਕੇ ਮੈਨੂੰ ਦੱਸ ਦਿਓ ਤੇ ਇੱਕ ਗੱਲ ਹੋਰ ਜੇ ਅਦਰ ਕਿਸੇ ਹੋਰ ਟੌਪਿਕ ਦੀ ਵੀਡੀਓ ਠੀਕ ਹੈ ਜਿਹੜੀ ਮੈਰਾਥਨ ਕਲਾਸਸ ਹੁੰਦੀ ਨੇ ਨਾ ਟੋਟਲ 100 ਪਲੱਸ ਕੁਐਸਚਨਸ ਆਨਸਰ ਇਨਕਲੂਡ ਹੁੰਦੇ ਨੇ ਉਸ ਦੀ ਵੀ ਜੇ ਤੁਹਾਨੂੰ ਕੋਈ ਵੀ ਟੌਪਿਕ ਦੀ ਹੈ ਨਾ ਵੀਡੀਓ ਚਾਹੀਦੀ ਹੈ ਤਾਂ ਕਮੈਂਟ ਕਰਕੇ ਦੱਸ ਦਿਓ ਕਿ ਸਰ ਸਾਨੂੰ ਇਸ ਟੌਪਿਕ ਦੀ ਵੀਡੀਓ ਚਾਹੀਦੀ ਹੈ ਤਾਂ ਮੈਂ ਨੈਕਸਟ ਵੀਡੀਓ ਜ਼ਰੂਰ ਉਸ ਦੇ ਰਿਗਾਰਡਿੰਗ ਪ੍ਰੋਵਾਈਡ ਕਰਵਾ ਦੇਵਾਂਗਾ ਓਕੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਲਾਈਕ ਵੀ ਜ਼ਰੂਰ ਕਰਿਆ ਕਰੋ ਕੁਐਸਚਨ ਨੰਬਰ 17 ਦੀ ਗੱਲ ਕਰੀਏ ਪ੍ਰੋਸੈਸਿੰਗ ਦੇ ਇਹਨਾਂ ਵਿੱਚੋਂ ਕਿਹੜੇ ਮਾਡਲ ਵਿੱਚ ਮਾਸਟਰ ਐਂਡ ਸਲੇਵ ਆਰਕੀਟੈਕਚਰ ਦੀ ਇੱਕ ਵਿਸ਼ੇਸ਼ਤਾ ਦਾ ਰੂਪ ਹੈ ਤਾਂ ਸ਼ੇਅਰਡ ਮੈਮਰੀ ਪ੍ਰੋਸੈਸਿੰਗ ਇਜ਼ ਦਾ ਰਾਈਟ ਆਨਸਰ ਹੋਵੇਗਾ ਕੁਐਸਚਨ ਨੰਬਰ 18 ਦੀ ਗੱਲ ਕਰੀਏ S Y S R Q ਯਾਨੀ ਸਿਸਟਮ ਰਿਕੁਐਸਟ ਕੀਬੋਰਡ ਹੈ ਟੈਲੀਗ੍ਰਾਮ ਵਿੱਚੋਂ ਕਿਸ ਕਿਸਮ ਦੀ ਵਿਸ਼ੇਸ਼ਤਾ ਹੈ ਤਾਂ 80 ਕੀਬੋਰਡ ਦੀ ਵਿਸ਼ੇਸ਼ਤਾ ਇਹ ਸਿਸਟਮ ਸਿਸਟਮ ਰਿਕੁਐਸਟ ਕੀਬੋਰਡ ਹੁੰਦੇ ਨੇ ਜਿਹੜੇ ਓਕੇ ਕੁਐਸਚਨ ਨੰਬਰ 19 ਦੀ ਗੱਲ ਕਰੀਏ ਡਿਫਾਈਨ ਦਾ ਐਲ ਜੀਏ ਇੱਥੇ ਐਲ ਜੀਏ ਦੀ ਫੁੱਲ ਫਾਰਮ ਪੁੱਛੀ ਗਈ ਹੈ ਤਾਂ ਲੈਂਡ ਗ੍ਰਿਡ ਐਰੇ ਇਸ ਦੀ ਫੁੱਲ ਫਾਰਮ ਓਕੇ ਟੈਕੀਕਲ ਹੋਰ ਦੋਸਤੋ ਜਿਹੜੀ ਫੁੱਲ ਫਾਰਮ ਨੇ ਕੰਪਿਊਟਰ ਵਿੱਚ ਮੋਸਟਲੀ ਜਿਹੜੀ ਆਉਂਦੀਆਂ ਨੇ ਹਨਾ ਐਗਜ਼ਾਮ ਵਿੱਚ ਫੁੱਲ ਫਾਰਮ ਉਸ ਦੇ ਰਿਗਾਰਡਿੰਗ ਵੀ ਪ੍ਰੋਪਰ ਵੀਡੀਓ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਹੈ ਜਿਸ ਵਿੱਚ 66 ਕੰਪਿਊਟਰ ਰਿਲੇਟਡ ਫੁੱਲ ਫਾਰਮਸ ਨੇ YouTube ਤੇ ਸਰਚ ਕਰੋ ਕੰਪਿਊਟਰ ਫੁੱਲ ਫਾਰਮ ਬਾਈ ਮਨੂ ਮੋਰਤਾ इजीली ਤੁਹਾਨੂੰ ਉਹ ਵੀਡੀਓ ਮਿਲ ਜਾਵੇਗੀ ਇਸ ਤੋਂ ਬਾਅਦ ਕੁਐਸਚਨ ਨੰਬਰ 20 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਹੜੇ ਸੌਫਟਵੇਅਰ ਵਿਸ਼ਲੇਸ਼ਣ ਅਤੇ ਡਿਜ਼ਾਈਨ ਟੂਲ ਹਨ ਸੌਫਟਵੇਅਰ ਦਾ ਵਿਸ਼ਲੇਸ਼ਣ ਕਰਦene ਤੇ ਡਿਜ਼ਾਈਨ ਬਣਾਉਂਦene ਕਿਹੜੇ ਟੂਲ ਨੇ ਇਹ ਤਿੰਨੇ ਹੀ ਟੂਲ ਨੇ ਡਾਟਾ ਫਲੋਡ ਡਾਇਗਰਾਮ ER ਡਾਇਗਰਾਮ ਤੇ ਹੀਪੋ ਡਾਇਗਰਾਮ ਓਕੇ ਇਹ ਚੀਜ਼ ਵੀ ਯਾਦ ਰੱਖਿਓ ਥੋੜੇ ਜਿਹਾ ਕੁਐਸਚਨਾਂ ਦਾ ਲੈਵਲ ਹਾਈ ਆ ਤਾਂ ਵਰਕੇ ਥੋੜਾ ਜਿਹਾ ਫੋਕਸ ਖੋਣਾ ਤੇ ਕੁਐਸਚਨ ਨੰਬਰ 21 ਦੀ ਗੱਲ ਕਰੀਏ ਇਸ ਸਮੇਂ ਬਹੁਤ ਸਾਰੇ ਐਪਲੀਕੇਸ਼ਨ ਸੌਫਟਵੇਅਰ ਪੈਕੇਜ ਉਪਲਬਧ ਹਨ ਠੀਕ ਹੈ ਇਹਨਾਂ ਵਿੱਚੋਂ ਕਿਹੜਾ ਇੱਕ ਐਪਲੀਕੇਸ਼ਨ ਸੌਫਟਵੇਅਰ ਹੈ ਤਾਂ ਉਹ ਮੈਂ ਕੋਈ ਆਪਸ਼ਨ ਤਾਂ ਪਾਈ ਨਹੀਂ ਨਾ ਇਹ ਦੋਨੇ ਹੀ ਆਨਸਰ ਹੈ ਇਸ ਦੇ Adobe PageMaker ਤੇ OpenOffice ਹੈ ਐਪਲੀਕੇਸ਼ਨ ਸੌਫਟਵੇਅਰ ਨੇ ਕੁਐਸਚਨ ਨੰਬਰ 22 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਹੜੇ ਵਿਦਿਆਕ ਸੌਫਟਵੇਅਰ ਨੇ ਹੈ ਤਾਂ ਵੈਸੇ ਬਹੁਤ ਨੇ ਪਰ ਜਿਹੜੇ ਐਗਜ਼ਾਮ ਵਿੱਚ ਮੋਸਟਲੀ ਨਾਮ ਦੇਖਣ ਨੂੰ ਮਿਲਦੇ ਨੇ ਉਹਨਾਂ ਦੇ ਕੀ ਹੈ ਮੈਟ ਮੱਦੀ ਨੂੰ ਆਪਾਂ ਮਤਲਬ ਵੀ ਕਹ ਦਿੰਨੇ ਆ Google Earth ਤੇ NASA World Wide ਵੀ ਕਹ ਦਿੰਨੇ ਆ ਇਹ ਤਿੰਨੇ ਮੇਨ ਇਗਜ਼ਾਮ ਵਿੱਚ ਦੇਖੋ ਤੁਹਾਨੂੰ ਮਿਲਦੇ ਨੇ ਇਹ ਕਿਹੜੇ ਐਜੂਕੇਸ਼ਨਲ ਸੌਫਟਵੇਅਰ ਨੇ ਓਕੇ ਕੁਐਸਚਨ ਨੰਬਰ 23 ਦੀ ਗੱਲ ਕਰੀਏ ਹੇਠਾਂ ਦਿੱਤੇ ਹੋਏ ਵਿੱਚ ਕਿਹੜਾ ਕਿਹੜੀਆਂ ਪ੍ਰੋਗਰਾਮਿੰਗ ਭਾਸ਼ਾ ਨੂੰ ਹੈਲਥ케ਅਰ ਉਦਯੋਗਿਕ ਵਿੱਚ ਵਰਤਣ ਲਈ ਤਿਆਰ ਕੀਤਾ ਗਿਆ ਸੀ ਮਤਲਬ ਕਿ ਪ੍ਰੋਗਰਾਮਿੰਗ ਭਾਸ਼ਾ ਤਿਆਰ ਕੀਤੀ ਗਈ ਸੀ ਹੈਲਥ케ਅਰ ਦੇ ਪਰਪਸ ਨਾਲ ਤਾਂ ਕਿਹੜੀ ਸੀ ਉਹ MU MPS ਇਹ ਇਸ ਪ੍ਰੋਗਰਾਮਿੰਗ 5000 ਨਾਮ ਹੈ ਤੇ ਜੇ ਕਈ ਵਾਰ ਇਗਜ਼ਾਮ ਵਿੱਚ ਪੂਰੀ ਫੁੱਲ ਫਾਰਮ ਵੀ ਪੁੱਛ ਲਈ ਜਾਵੇ ਤਾਂ ਇਸ ਤਰ੍ਹਾਂ ਇਹ ਫੁੱਲ ਫਾਰਮ ਵੀ ਤੁਸੀਂ ਨੋਟ ਕਰ ਲਓ। ਕੁਐਸਚਨ ਨੰਬਰ 24 ਦੀ ਗੱਲ ਕਰੀਏ ਡਾਟਾ ਵਿੱਚ ਪੂਰਵ ਅਨੁਮਾਨ ਲਗਾਉਣ ਦੀ ਪ੍ਰਕਿਰਿਆ ਦਾ ਵਰਣਨ ਕਰਨ ਲਈ ਇੰਨਾ ਵਿੱਚੋਂ ਕਿਹੜੇ ਸ਼ਬਦ ਵਰਤਿਆ ਜਾਂਦਾ ਹੈ ਤਾਂ ਡਾਟਾ ਮਾਈਨਿੰਗ ਇਸ ਪ੍ਰੋਸੈਸ ਨੂੰ ਕਿਹਾ ਜਾਂਦਾ ਓਕੇ। ਕੁਐਸਚਨ ਨੰਬਰ 25 ਦੀ ਗੱਲ ਕਰੀਏ ਡੈਸ਼ ਇੱਕ ਫੌਂਟ ਸਟਾਈਲ ਨਹੀਂ ਆ ਸੁਪਰਸਕ੍ਰਿਪਟ ਹੈ। ਜਿਹੜੀ ਆਪਾਂ MS Office ਵਿੱਚ ਦੇਖਦੇ ਆ ਇਹ ਹਨਾ ਆਪਸ਼ਨ ਹੁੰਦਾ ਆਪਾਂ ਨੂੰ ਉੱਪਰ ਉੱਪਰ ਵਾਲੀ ਜਿਹੜੇ ਟੂਲ ਬਾਰ ਹੁੰਦਾ ਉਸ ਵਿੱਚ ਮਿਲ ਜਾਂਦਾ ਸੁਪਰ ਸਕ੍ਰਿਪਟ ਇਹ ਕੋਈ ਫੌਂਟ ਸਟਾਈਲ ਨਹੀਂ ਹੈ ਓਕੇ ਕੁਐਸਚਨ ਨੰਬਰ 26 ਦੀ ਗੱਲ ਕਰੀਏ ਵਾਟ ਇਜ਼ ਗਾਈਟਰ ਮਾਰਜਨ ਮਾਰਜਨ ਜੋ ਕਿ ਪ੍ਰਿੰਟ ਕਰਨ ਵੇਲੇ ਪੰਨੇ ਦੀ ਬਾਈਂਡਿੰਗ ਵਾਲੇ ਪਾਸੇ ਵਿੱਚ ਜੋੜਿਆ ਜਾਂਦਾ ਉਸ ਨੂੰ ਕੀ ਕਿਹਾ ਜਾਂਦਾ ਗੋਇਟਰ ਮਾਰਜਨ ਕਿਹਾ ਜਾਂਦਾ ਹੈ ਕੁਐਸਚਨ ਨੰਬਰ 27 ਦੀ ਗੱਲ ਕਰੀਏ ਲੈਂਡਸਕੇਪ ਇਜ਼ ਪੇਜ ਦੀ ਓਰੀਐਂਟ ओरिएंटेशन ਹੁੰਦੀ ਹੈ ਲੈਂਡਸਕੇਪ ਓਕੇ ਇਹਦਾ ओरिएंटेशन ਇਤ ਲੈਂਡਸਕੇਪ ਹੁੰਦੀ ਹੈ ਤੇ ਇੱਕ ਹੁੰਦੀ ਹੈ ਪੋਰਟਰੇਟ ਹੁੰਦੀ ਹੈ ਓਕੇ ਕੁਐਸਚਨ ਨੰਬਰ 28 ਦੀ ਗੱਲ ਕਰੀਏ ਟਾਈਪ ਫੇਸ ਵਿਕਲਪ ਕਿਹੜੇ ਮੀਨੂ ਵਿੱਚ ਆਵੇਗਾ ਫਾਰਮੈਟ ਵਿੱਚ ਦੇਖਣ ਨੂੰ ਮਿਲਦਾ ਹੈ ਟਾਈਪ ਫੇਸ ਕੁਐਸਚਨ ਨੰਬਰ 29 ਦੀ ਗੱਲ ਕਰੀਏ ਬੈਕਗਰਾਉਂਡ ਕਲਰ ਕਿਸ ਦਸਤਾਵੇਜ਼ ਤੇ ਦੇਖਣ ਯੋਗ ਨਹੀਂ ਹੈ ਜਦੋਂ ਆਪਾਂ ਪ੍ਰਿੰਟ ਪ੍ਰੀਵਿਊ ਤੇ ਕਲਿੱਕ ਕਰਦੇ ਹਾਂ ਉਸ ਟਾਈਮ ਬੈਕਗਰਾਉਂਡ ਜਿਹੜਾ ਕਲਰ ਹੁੰਦਾ ਹੈ ਜਿਹ ਜੋ ਵੀ ਆਪਾਂ ਡਾਟਾ ਟਾਈਪ ਕੀਤਾ ਹੈ ਤਾਂ ਦੇਖਣ ਯੋਗ ਨਹੀਂ ਹੁੰਦਾ ਉਹ ਕੁਐਸਚਨ ਨੰਬਰ 30 ਦੀ ਗੱਲ ਕਰੀਏ ਦਸਤਾਵੇਜ਼ ਦਾ ਉਹ ਭਾਗ ਕੀ ਹੁੰਦਾ ਹੈ ਜਿਸ ਵਿੱਚ ਤੁਸੀਂ ਪੇਜ ਫਾਰਮੈਟਿੰਗ ਦੇ ਕੁਝ ਵਿਕਲਪ ਨੂੰ ਸੈੱਟ ਕਰ ਕਰ ਸਕਦੇ ਹੋ ਜਾਂ ਕਰ ਸਕਦੇ ਹੋ ਤਾਂ ਉਸ ਭਾਗ ਨੂੰ ਕੀ ਸੈਕਸ਼ਨ ਕਿਹਾ ਜਾਂਦਾ ਹੈ ਕੁਐਸਚਨ ਨੰਬਰ 31 ਦੀ ਗੱਲ ਕਰੀਏ ਐਮ ਐਸ ਵਰਡ ਸਕਰੀਨ ਦੇ ਰੂਲਰ ਤੇ ਅੱਗੇ ਲਿਖਿਆ ਵਿੱਚੋਂ ਕਿਹੜੀ ਚੀਜ਼ ਉਪਲਬਧ ਨਹੀਂ ਹੈ ਤਾਂ ਸੈਂਡਰ ਸੈਂਟਰ indent ਨਹੀਂ ਹੁੰਦਾ ਇਸ ਤੋਂ ਇਲਾਵਾ ਰਾਈਟ indent ਹੁੰਦਾ ਹੈ ਲੈਫਟ indent ਹੁੰਦਾ ਹੈ ਠੀਕ ਹੈ ਬਟ ਸੈਂਟਰ indent ਉਸ ਵਿੱਚ ਨਹੀਂ ਹੁੰਦਾ ਕੁਐਸਚਨ ਨੰਬਰ 32 ਦੀ ਗੱਲ ਕਰੀਏ what is the shortcut key of the line break ਠੀਕ ਹੈ ਐਗਜ਼ਾਮ ਵਿੱਚ ਸ਼ਾਰਟਕਟ ਕੀ ਬਾਰੇ ਵੀ ਬਹੁਤ ਕੁਐਸਚਨ ਦੇਖਣ ਨੂੰ ਮਿਲਦੇ ਨੇ ਤੇ ਇੱਥੇ ਕੀ ਪੁੱਛਿਆ ਗਿਆ ਲਾਈਨ ਬ੍ਰੇਕ ਦੀ ਸ਼ਾਰਟਕਟ ਕੀ ਹੈ shift enter is the shortcut key ਹੈ ਕੁਐਸਚਨ ਨੰਬਰ 33 ਦੀ ਗੱਲ ਕਰੀਏ f12 ਨੂੰ ਦਬਕਾਏ ਨਾਲ ਵਿੱਚ ਕਿਹੜੀ ਚੀਜ਼ ਹੋਵੇਗੀ ਸੇਵ ਐਸ ਡਾਇਲੋਗ ਬਾਕਸ ਓਪਨ ਹੋ ਜਾਵੇਗਾ f12 ਨਾਲ ਕਵੈਸਚਨ ਨੰਬਰ 34 ਦੀ ਗੱਲ ਕਰੀਏ ਪ੍ਰੈਜੈਂਟੇਸ਼ਨ ਸਲਾਈਡ ਸ਼ੋ ਤਿਆਰ ਕਰਨ ਲਈ ਕਿਹੜੀ ਐਪਲੀਕੇਸ਼ਨ ਆਮ ਤੌਰ ਤੇ ਵਰਤੀ ਜਾਂਦੀ ਹੈ ਤਾਂ ਪਾਵਰਪੁਆਇੰਟ ਮੋਸਟਲੀ ਯੂਜ਼ ਹੋਣ ਦਾ ਹੈ ਇਹ ਵੀਡੀਓ ਜਿਹੜੀ ਤੁਸੀਂ ਤੁਸੀਂ ਦੇਖ ਰਹੇ ਹੋ ਇਹ ਵੀ ਮੈਂ ਪਾਵਰਪੁਆਇੰਟ ਵਿੱਚ ਹੀ ਬਣਾਈ ਹੋਈ ਹੈ ਓਕੇ ਕਵੈਸਚਨ ਨੰਬਰ 35 ਦੀ ਗੱਲ ਕਰੀਏ ਸਲਾਈਡ ਲੇਆਉਟ ਦੀ ਚੋਣ ਕਰਨ ਲਈ ਡੈਸ਼ ਦੀ ਵਰਤੋ ਜਿੱਤੇ ਜੇ ਆਪਾਂ ਨੂੰ ਸਲਾਈਡ ਲੇਆਉਟ ਚੂਜ਼ ਕਰਨਾ ਹੈ ਤਾਂ ਕਿੱਥੇ ਜਾਵਾਂਗੇ ਆਪਾਂ ਫਾਰਮੈਟ ਗੈਲਰੀ ਵਿੱਚ ਜਾਵਾਂਗੇ ਕਵੈਸਚਨ ਨੰਬਰ 36 ਦੀ ਗੱਲ ਕਰੀਏ ਸਲਾਈਡ ਤੇ ਟੈਕਸਟ ਕਰਨ ਲਈ ਵਾਂਸ ਬਨੇ ਐਨੀਮੇਸ਼ਨ ਨੂੰ ਲਾਗੂ ਕਰਨ ਦਾ ਸਾਨ ਤਰੀਕਾ ਜਿਹੜਾ ਅਪਲਾਈ ਐਨ ਐਨੀਮੇਸ਼ਨ ਸਕੀਮ ਸਿੰਪਲ ਜੀ ਗੱਲ ਹੈ ਕੁਐਸਚਨ ਨੰਬਰ 37 ਦੀ ਗੱਲ ਕਰੀਏ ਪਾਵਰਪੁਆਇੰਟ ਐਪਲੀਕੇਸ਼ਨ ਤੋਂ ਬਾਹਰ ਜਾਣ ਲਈ ਤੁਹਾਨੂੰ ਕੀ ਕਰਨਾ ਪਵੇਗਾ ਡਬਲ ਕਲਿਕ ਡਬਲ ਕਲਿਕ ਦਾ ਐਪਲੀਕੇਸ਼ਨ ਕੰਟਰੋਲ ਮੀਨੂ ਆਈਕਨ ਓਕੇ ਕੁਐਸਚਨ ਨੰਬਰ 38 ਦੀ ਗੱਲ ਕਰੀਏ ਸਪੀਕਰ ਸਪੀਕਰ ਦੀਆਂ ਟਿੱਪਣੀਆਂ ਦਰਜ ਕਰਨ ਲਈ ਪਾਵਰਪੁਆਇੰਟ ਵਿੱਚ ਜਿਹੜੇ ਵਿਊ ਦੀ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਨੋਟਸ ਪੇਜ ਬਿਊ ਦੀ ਯੂਜ਼ ਹੁੰਦੀ ਆ ਕੁਐਸਚਨ ਨੰਬਰ 39 ਦੀ ਗੱਲ ਕਰੀਏ ਪ੍ਰੈਜੈਂਟੇਸ਼ਨ ਵਿੱਚ ਨਵੀਂ ਸਲਾਈਡ ਢਾਕਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਸਲਾਈਡ ਸ਼ੋਰਟ ਬਿਊ ਇਸ ਦਾ ਸਭ ਤੋਂ ਸੌਖਾ ਤੇ ਵਧੀਆ ਤਰੀਕਾ ਹੈ ਓਕੇ ਕੁਐਸਚਨ ਨੰਬਰ 40 ਦੀ ਗੱਲ ਕਰੀਏ ਜਿਹੜੇ ਬਕਸੇ ਵਿੱਚ ਦਰਸਾਉਣ ਲਈ ਪ੍ਰਦਰਸ਼ਿਤ ਕੀਤੇ ਜਾਂਦੇ ਨੇ ਕੀ ਇਸ ਵਿੱਚ ਟੈਕਸਟ ਤਸਵੀਰਾਂ ਜਾਂ ਵਸਤੂਆਂ ਰੱਖੀਆਂ ਗਈਆਂ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਉਹਨਾਂ ਨੂੰ ਪਲੇਸ ਹੌਡਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕੁਐਸਚਨ ਨੰਬਰ 41 ਦੀ ਗੱਲ ਕਰੀਏ ਡਾਇਲ ਅਪ ਇੰਟਰਨੈਟ ਪਹੁੰਚ ਦਾ ਇੱਕ ਫਾਇਦਾ ਹੈ ਡਾਇਲ ਅਪ ਇੰਟਰਨੈਟ ਯੂਜ਼ ਕਰਨ ਦਾ ਕੀ ਫਾਇਦਾ ਹੈ ਇਹ ਮੌਜੂਦਾ ਟੈਲੀਫੋਨ ਸੇਵਾ ਮੈਨ ਦੀ ਵਰਤੋਂ ਵੀ ਆਪਾਂ ਨੂੰ ਫ੍ਰੀ ਵਿੱਚ ਕਰਨ ਨੂੰ ਮਿਲ ਜਾਂਦੀ ਹੈ। ਕੁਐਸਚਨ ਨੰਬਰ 42 ਦੀ ਗੱਲ ਕਰੀਏ ਅਣਚਾਹੀ ਈਮੇਲ ਲਈ ਇੱਕ ਕੀ ਸ਼ਬਦ ਹੈ ਤਾਂ ਇਸ ਨੂੰ ਸਪੈਮ ਸਪੈਮ ਮੇਲ ਵੀ ਕਿਹਾ ਜਾਂਦਾ ਹੈ। ਕੁਐਸਚਨ ਨੰਬਰ 43 ਦੀ ਗੱਲ ਕਰੀਏ ਕੰਪਿਊਟਰਾਂ ਅਤੇ ਇੰਟਰਨੈਟ ਤੱਕ ਪਹੁੰਚ ਵਾਲੇ ਲੋਕ ਅਤੇ ਇਸ ਪਹੁੰਚ ਤੋਂ ਵਾਂਝੇ ਲੋਕਾਂ ਵਿਚਕਾਰ ਫਰਕ ਕਾਨੂੰਨੀ ਮੇਨ ਤੇ ਲਿਖਿਤ ਵਿੱਚ ਜੋ ਜਾਣਿਆ ਜਾਂਦਾ ਹੈ ਖਿੜੇ ਮਤਲਬ ਕਿ ਜਿਹਦੇ ਕੋਲ ਕੰਪਿਊਟਰ ਹੈ ਜਿਨ੍ਹਾਂ ਨੂੰ ਨੋਲੇਜ ਹੈ ਕੰਪਿਊਟਰ ਤੇ ਇੰਟਰਨੈਟ ਦੀ ਅਤੇ ਜਿਨ੍ਹਾਂ ਨੂੰ ਜਿਨ੍ਹਾਂ ਲੋਕਾਂ ਨੂੰ ਨਹੀਂ ਹੈ ਉਹਨਾਂ ਦੇ ਡਿਫਰੈਂਸ ਨੂੰ ਕੀ ਕਿਹਾ ਜਾਂਦਾ ਹੈ ਡਿਜੀਟਲ ਡਿਵਾਈਡ ਦਾ ਨਾਮ ਇਸ ਨੂੰ ਦਿੱਤਾ ਗਿਆ ਹੈ ਕੁਐਸਚਨ ਨੰਬਰ 44 ਦੀ ਗੱਲ ਕਰੀਏ ਇੰਟਰਨੈਟ ਤੁਹਾਨੂੰ ਇਹ ਕਰਨ ਦੀ ਅਗਿਆਦਿੰਦਾ ਹੈ ਕਨੈਕਟ ਰਹਿਣ ਦੀ ਅਗਿਆਦਿੰਦਾ ਆਪਾਂ ਆਲ ਵਰਲਡ ਨਾਲ ਕਨੈਕਟ ਰਹਿ ਸਕਦੇ ਹਾਂ ਕਵੈਸਚਨ ਨੰਬਰ 45 ਦੀ ਗੱਲ ਕਰੀਏ ਵੈਬ ਪੇਜ ਬਣਾਉਣ ਲਈ ਟੈਕਸਟ ਐਡੀਟਰ ਵਿੱਚ HTML ਕੋਡ ਲਿਖਿਆ ਜਾਂਦਾ ਤਾਂ ਕਿ ਕਿਉਂ ਲਿਖਿਆ ਜਾਂਦਾ ਸੋਰਸ ਕੋਡ ਹੁੰਦਾ ਹੈ HTML ਕੋਡ ਡੀ ਐਡਰੈਸ ਹੁੰਦਾ ਇਸ ਤਰ੍ਹਾਂ ਦਾ ਇਹ ਆ ਇਸ ਨੂੰ ਸੋਰਸ ਕੋਡ ਦੇ ਨਾਮ ਨਾਲ ਵੀ ਲਿਖਿਆ ਜਾਂਦਾ ਕਵੈਸਚਨ ਨੰਬਰ 46 ਦੀ ਗੱਲ ਕਰੀਏ MS ਪਾਵਰਪੁਆਇੰਟ ਪ੍ਰੈਜੈਂਟੇਸ਼ਨ ਵਿੱਚ ਡਿਜ਼ਾਈਨ ਸਲਾਈਡ ਲਈ ਲੇਆਉਟ ਅਤੇ ਫਾਰਮੈਟਿੰਗ ਨੂੰ ਨਿਯੰਤਰਿਤ ਕਰਦੇ ਹਨ ਇਹਨਾਂ ਨੂੰ ਆਮ ਤੌਰ ਤੇ ਇਸ ਵੱਜੋਂ ਜਾਣਿਆ ਜਾਂਦਾ ਤਾਂ ਇਹਨਾਂ ਨੂੰ ਟੈਂਪਲੇਟਸ ਕਿਹਾ ਜਾਂਦਾ ਕਵੈਸਚਨ ਨੰਬਰ 47 ਦੀ ਗੱਲ ਕਰੀਏ ਵੈਰੀ ਇੰਪੋਰਟੈਂਟ ਕੁਐਸਚਨ ਹੈ ਐਗਜ਼ਾਮ ਵਿੱਚ ਬਹੁਤ ਰਿਪੀਟ ਹੁੰਦਾ ਕੁਐਸਚਨ ਨੰਬਰ 47 ਐਮ ਐਸ ਪਾਵਰਪੁਆਇੰਟ ਵਿੱਚ ਅਦਿੱਕਤਮ ਜ਼ੂਮ ਪ੍ਰਤੀਸ਼ਤਤਾ ਕਿੰਨੀ ਹੈ ਮਤਲਬ ਆਪਾਂ ਜ਼ੂਮ ਕਿੰਨੇ ਪਰਸੈਂਟ ਤੱਕ ਕਰ ਸਕਦੇ ਆ ਤਾਂ 400% ਤੱਕ ਇਹ ਕਰ ਸਕਦੇ ਆ ਕੁਐਸਚਨ ਨੰਬਰ 48 ਦੀ ਗੱਲ ਕਰੀਏ ਇੱਕ ਪਾਵਰਪੁਆਇੰਟ ਡਿਜ਼ਾਈਨ ਟੈਂਪਲੇਟ ਕਿਸੇ ਵੀ ਫਾਈਲ ਵਿੱਚ ਡੈਸ਼ ਐਕਸਟੈਂਸ਼ਨ ਨਾਲ ਸਟੋਰ ਕੀਤੀ ਜਾਂਦੀ ਜਦੋਂ ਆਪਾਂ ਕੋਈ ਵੀ ਪਾਵਰਪੁਆਇੰਟ ਦੀ ਫਾਈਲ ਹੈ ਜੋ ਵੀ ਆਪਾਂ ਤਿਆਰ ਕੀਤੇ ਉਹਨੂੰ ਸੇਵ ਕਰਦੇ ਆ ਤਾਂ ਜਦੋਂ ਸੇਵ ਦੇ ਪਿੱਛੇ ਇੱਕ ਡਾਟ ਲਿਖ ਕੇ ਕੋਈ ਨਾਮ ਆ ਜਾਂਦਾ ਤਾਂ ਪਾਵਰਪੁਆਇੰਟ ਦੀ ਫਾਈਲ ਦੇ ਕੀ ਨਾਮ ਹੁੰਦਾ .ppt ਇਸ ਦਾ ਨਾਮ ਆ ਜਾਂਦਾ ਕੁਐਸਚਨ ਨੰਬਰ 49 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਹੜੀ ਧੁਨੀ ਫਾਈਲ ਦੀ ਕਿਸਮ ਹੈ ਤਾਂ wav ਫਾਈਲ ਹੈ ਜਿਹੜਾ ਜਦੋਂ ਆਪਾਂ ਆਪਣੇ ਕੰਪਿਊਟਰ ਵਿੱਚ ਕੋਈ ਸਾਊਂਡ ਜਾਂ ਆਡੀਓ ਸੇਵ ਹੁੰਦੀ ਹੈ ਨਾ ਤਾਂ ਉਸ ਦੇ ਨਾਮ ਦੇ ਪਿੱਛੇ ਦੇਖਿਆ ਕਰੋ wav web ਲਿਖਿਆ ਹੁੰਦਾ ਕੁਐਸਚਨ ਨੰਬਰ 50 ਦੀ ਗੱਲ ਕਰੀਏ ਵੀ ਕੈਨ ਫਾਈਂਡ ਐਂਡ ਵੀ ਕੈਨ ਫਾਈਂਡ ਐਨੀ ਐਂਡ ਐਵਰੀ ਕਮਾਂਡ ਓਨ ਕਿੱਥੇ ਕਰ ਸਕਦੇ ਆਪਾਂ ਕੋਈ ਵੀ ਕਮਾਂਡ ਫਾਈਂਡ ਕਰ ਸਕਦੇ ਆ ਉੱਥੇ ਮੀਨੂ ਬਾਰ ਵਿੱਚ ਕਰ ਸਕਦੇ ਆ ਓਕੇ ਦੋਸਤੋ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਨੈਕਸਟ ਜਿਹੜੀ ਵੀਡੀਓ ਤੁਹਾਨੂੰ ਚਾਹੀਦੀ ਆ ਕਿਹੜੇ ਟੌਪਿਕ ਤੇ ਚਾਹੀਦੀ ਆ ਤਾਂ ਮੈਂ ਜ਼ਰੂਰ ਪ੍ਰੋਵਾਈਡ ਕਰਵਾ ਦੇਣਾ